ਹੁਣ ਸਾਡਾ ਤੇ ਪੇਟ ਦਾ ਸਵਾਲ ਹੈ ਨਾ, ਸਾਡੇ ਭਵਿੱਖ ਦਾ ਸਵਾਲ ਹੈ। ਬਵਾਂਗੇ, ਮਰਦਾ ਕੀ ਨਹੀਂ ਕਰਦਾ, ਇੱਧਰ ਵੀ ਮੌਤ ਹੈ ਉੱਧਰ ਵੀ ਮੌਤ ਹੈ, ਲੜਾਂਗੇ। ਆ ਕਿਸੇ ਦੀਆਂ ਜੰਮੀਆਂ ਨਹੀਂ ਆ, ਇਹ ਕਿਸੇ ਦੀਆਂ ਧੀਆਂ ਨਹੀਂ ਆ, ਇਹ ਕਿਸੇ ਦੀਆਂ ਭੈਣਾਂ ਨਹੀਂ ਆ। ਇਹਦੀ ਭੈਣ, ਇਹਦੀ ਮਾਂ ਸੜਕ ਤੇ ਬਵੇ, ਇਹਨੂੰ ਕਿੰਨਾ ਦੁੱਖ ਹੋਵੇ। ਜੂਨ ਜੁਲਾਈ ਦਾ ਮਹੀਨਾ ਚੱਲਣ ਲੱਗਾ ਆ, ਸਾਡੇ ਤਾਂ ਤਰਸ ਕਿਉਂ ਨਹੀਂ ਆ? ਅਸੀਂ ਇਨਸਾਨ ਨਹੀਂ ਆ? ਜਿਵੇਂ ਇਹ ਕਾਨੂੰਨ ਨੇ ਨਾ ਕਸ਼ਮੀਰ 'ਚ ਲਾਗੂ ਹੋ ਚੁੱਕੇ ਆ, ਉੱਥੇ 10-15 ਰੁਪਈਏ ਕਿਲੋ ਸੇਬ ਲੈ ਕੇ ਬਾਨੀ ਡਾਨੀ ਦੇ ਗੋਦਾਮਾਂ 'ਚ ਚਲੇ ਜਾਂਦੇ ਆ। ਉਹ ਸੇਬ ਹੁਣ ਕਿੰਨੇ ਮਿਲਦੇ ਆ? 300 ਕਿਲੋ ਸਾਨੂੰ ਮਿਲਦਾ। ਅਸੀਂ ਫਰੂਟ ਜਿਹੜਾ ਨਾ ਸੁਪਨੇ 'ਚ ਹੀ ਖਾਵਾਂਗੇ, ਅਸੀਂ ਅੱਜ ਫਰੂਟ ਨਹੀਂ ਖਾ ਸਕਦੇ। ਸਿਰਫ ਅਸੀਂ ਪੰਜਾਬ ਵਾਲੇ ਆ, ਇੱਕ ਨਾਲ ਅਸੀਂ ਹਰਿਆਣਾ ਰਲਾਇਆ। ਜਿੱਦਣ ਕਾਨੂੰਨ ਇੱਥੇ ਲਾਗੂ ਹੋ ਗਏ ਨਾ, ਉੱਧਰ ਕਣਕ ਅਤੇ ਆਟਾ ਵਿਕਣੇ ਪੈਕਟਾਂ 'ਚ ਜਾਣਾ। ਤੇ ਅਸੀਂ ਬੱਚਿਆਂ ਨੂੰ ਕੀ ਖਵਾਵਾਂਗੇ? ਨਿੱਕੇ ਨਿੱਕੇ ਬੱਚੇ ਆ, ਤੇ ਅਸੀਂ ਉਹੋ ਹੀ ਆਨੇ ਆ ਵੀ ਮੋਦੀ ਨੂੰ ਵੀ ਸਾਡੇ ਹੱਕ ਜਿਹੜੇ ਆ ਸਾਨੂੰ ਦੇ ਦੇ, ਕਾਲੇ ਕਾਨੂੰਨ ਰੱਦ ਕਰ ਦੇ। ਪੂਰੀ ਤਰ੍ਹਾਂ ਕਿਸਾਨੀ ਨੂੰ ਤਬਾਹ ਕਰਨ ਵਾਸਤੇ ਮੋਦੀ ਜਿਹੜਾ ਤੁਲਿਆ ਆ। ਇਸ ਕਰਕੇ ਅਸੀਂ ਆਪਣਾ ਜਿਹੜਾ ਅੰਦੋਲਨ ਆ ਲਗਾਤਾਰ ਜਾਰੀ ਰੱਖਾਂਗੇ, ਜਦ ਤੱਕ ਜਿਹੜੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਜਿਹੜੇ ਖੇਤੀ ਵਿਰੋਧੀ ਆ, ਆਮ ਲੋਕ ਵਿਰੋਧੀ ਆ, ਬਿਲਕੁਲ ਅਸੀਂ ਜਿਹੜਾ ਆਪਣਾ ਅੰਦੋਲਨ ਵਾਪਸ ਜਿਹੜਾ ਵਾ ਉਹ ਨਹੀਂ ਲਵਾਂਗੇ। केंद्र सरकार की ओर से लाए गए तीनों कृषि कानूनों का विरोध करते हुए किसानों को लगभग 6 महीने बीत चुके हैं। दिल्ली के बॉर्डर पर बैठे हुए हैं। जनवरी में प्रधानमंत्री नरेंद्र मोदी की ओर से एक बयान आया था कि मैं किसानों से केवल एक फ़ोन कॉल दूर हूँ। तब से लेकर अगर आज की बात की जाए तो किसानों के साथ सरकार की बातचीत बंद है। लगभग 11 राउंड की बातचीत होती है, लेकिन किसानों का ये कोई मुद्दा सॉल्व नहीं होता है। आज देश भर में किसान काले झंडे लगाकर केंद्र सरकार के खिलाफ प्रदर्शन कर रहे हैं। हमारे साथ हैं किसान मजदूर संघर्ष कमेटी के सरवन सिंह पंधेर। इनसे बात करते हैं कि आखिरकार ये आंदोलन कहां तक जाएगा? सरकार तो मान नहीं रहेगी, अब किसानों की अगली रणनीति क्या होगी? सत श्री अकाल पंधेर साहब। सत श्री अकाल जी। पंधेर साहब, लगातार किसान संघर्ष से बैठा हुआ है, प्रधानमंत्री ने 11 राउंड की बात गलबात हुई है, पर किसी पास गल लगी नहीं है। हाँ बिल्कुल, थोड़ी गल जायज़ आ। सरकार की नीति नहीं हैगी भी साडे नाल गलबात नबेड़ ली। ਜਿਹੜਾ ਏਜੰਡਾ ਕਾਰਪੋਰੇਟ ਘਰਾਣਿਆਂ ਨੇ ਸਰਕਾਰ ਨੂੰ ਤੈਅ ਕਰਕੇ ਦਿੱਤਾ ਹੋਇਆ ਵਾ ਵੀ ਤੁਸੀਂ ਇੱਥੋਂ ਤੱਕ ਚੱਲਣਾ, ਅੱਗੇ ਨਹੀਂ ਵਧਣਾ, ਤੋ ਉੱਥੋਂ ਤੱਕ ਖੜੇ ਨੇ, ਉਦੋਂ ਗਾਹਾਂ ਵਧਣਾ ਨਹੀਂ ਚਾਹੁੰਦੇ। ਇਸੇ ਕਰਕੇ 6 ਮਹੀਨੇ ਅੱਜ ਦਿੱਲੀ ਦੀਆਂ ਬਰੂਹਾਂ 'ਤੇ ਸਾਨੂੰ ਹੋ ਗਏ ਆ, ਅਤੇ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਔਰ ਇਹ ਆਜ਼ਾਦੀ ਤੋਂ ਬਾਅਦ 6 ਮਹੀਨੇ ਦਿੱਲੀ ਨੂੰ ਘੇਰ ਕੇ ਰੱਖਣਾ ਕਿਸਾਨਾਂ ਦੀ ਪਹਿਲੀ ਵਾਰ ਹੋਇਆ ਇਹ ਲਹਿਰ 'ਤੇ। ਪੰਧੇਰ ਸਾਹਿਬ, ਤੁਹਾਨੂੰ ਕੀ ਲੱਗਦਾ ਵੀ ਸੈਂਟਰ ਗੌਰਮੈਂਟ ਚਾਹੁੰਦੀ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਹੀ ਥਕਾ ਦਿਓ ਫਿਰ ਅਕਾ ਦਿਓ ਤਾਂ ਕਿ ਆਪਣੇ ਆਪ ਬਹਿ ਬਹਿ ਕੇ ਥੱਕ ਜਾਣ ਅਤੇ ਚਲੇ ਜਾਣ ਆਪਣੇ ਘਰੋਂ ਘਰੀ? ਹਾਂ, ਦੋ ਮਕਸਦ ਆ ਲੱਗਦੇ ਜੋ ਸਾਨੂੰ ਨਜ਼ਰ ਆਉਂਦੇ ਵੀ ਇੱਕ ਤਾਂ ਲੰਮਾ ਇੰਨਾ ਜ਼ਿਆਦਾ ਹਫਾਓ ਵੀ ਸ਼ਾਇਦ ਆਪੇ ਥੱਕ ਕੇ ਛੱਡ ਜਾਣ, ਇੰਨੀ ਗਿਣਤੀ ਘੱਟ ਜਾਵੇ ਵੀ ਉਹਨਾਂ ਨੂੰ ਗੋਲਿਆ ਨਾ ਜਾ ਸਕੇ। ਸੈਕੰਡਲੀ, ਕਰੋਨਾ ਦੀ ਆੜ ਦੇ ਵਿੱਚ ਜਿਸ ਕਿਸਮ ਦਾ ਕਰੋਨਾ ਕਾਲ ਹੈ, ਉਹਦੇ ਵਿੱਚ ਜਿਸ ਕਿਸਮ ਦਾ ਦੇਸ਼ ਵਿੱਚ ਮਾਹੌਲ, ਇਹਨਾਂ ਦੀ ਸਪਲਾਈ ਲਾਈਨ ਪਿੰਡਾਂ ਤੋਂ ਜਿਹੜੇ ਆ ਸਟੇਟਾਂ ਤੋਂ ਆਉਂਦੀ, ਉੱਥੇ ਦਹਿਸ਼ਤ ਜ਼ਿਆਦਾ ਜਾਂ ਇਸ ਮਾਹੌਲ ਹੋ ਜਾਵੇ ਵੀ ਲੋਕ ਆਉਣ ਹੀ ਨਾ, ਦੋ ਫੈਕਟਰ ਕੰਮ ਕਰਦੇ। ਕਰੋਨਾ ਦੀ ਆੜ ਵਿੱਚ ਸਾਨੂੰ ਬਦਨਾਮ ਵੀ ਲਗਾਤਾਰ ਕੀਤਾ ਜਾ ਰਿਹਾ, ਇਹ ਇਹਨਾਂ ਗੱਲਾਂ ਨੂੰ ਵੀ ਉਹ ਮੱਦੇਨਜ਼ਰ ਰੱਖ ਕੇ ਸਾਡੇ ਨਾਲ ਗੱਲਬਾਤ ਨਹੀਂ ਕਰ ਰਹੇ। ਅੱਛਾ, ਤੁਹਾਨੂੰ 11 ਮੀਟਿੰਗਾਂ ਲਗਭਗ ਹੋ ਚੁੱਕੀਆਂ ਕਿਸਾਨ ਨੇਤਾਵਾਂ ਦੀਆਂ ਸੈਂਟਰ ਗੌਰਮੈਂਟ ਨਾਲ, ਹੁਣ ਕਾਫੀ ਦੇਰ ਤੋਂ ਗੱਲਬਾਤ ਬੰਦ ਆ, ਅਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਵੱਲੋਂ ਪਹਿਲ ਕੀਤੀ ਜਾਏਗੀ? ਹੁਣ ਚਿੱਠੀ ਵੀ ਲਿਖੀ ਗਈ ਕੁਝ ਕਿਸਾਨ ਨੇਤਾਵਾਂ ਵੱਲੋਂ ਪ੍ਰਧਾਨ ਮੰਤਰੀ ਨੂੰ, ਅਤੇ ਹੁਣ ਕੀ ਲੱਗਦਾ ਕਿ ਉਹਨਾਂ ਦਾ ਇੰਤਜ਼ਾਰ ਹੈ ਕਿ ਦੁਬਾਰਾ ਕੋਈ ਤੁਹਾਡਾ ਸਟੈਪ ਲਿਆ ਜਾਏਗਾ ਤੁਹਾਡੇ ਵੱਲੋਂ? ਦੁਬਾਰਾ ਹੁਣ ਕੀ ਕਰਨਾ, ਚੈਨਲ 'ਤੇ ਕੋਈ ਪੁੱਛਦਾ ਵਾ, ਸਰਕਾਰ ਕਹਿੰਦੀ ਆ, ਕਹੀਦਾ ਵੀ ਗੱਲਬਾਤ ਜਦੋਂ ਮਰਜ਼ੀ ਕਰ ਲੈਣ, ਗੱਲ ਕਰਨ ਨੂੰ ਤਿਆਰ ਹਾਂ। ਹੁਣ ਸਰਕਾਰ ਨੇ ਗੱਲ ਕਰਨੀ ਆ ਕਿ ਨਹੀਂ ਗੱਲ ਕਰਨੀ, ਇਹ ਜਿਹੜਾ ਉਹਨਾਂ ਦਾ ਫੈਸਲਾ, ਸਾਡਾ ਕੰਮ ਹੈ ਅੰਦੋਲਨ ਕਰਨਾ। ਅੱਜ ਦਾ ਅੰਦੋਲਨ ਪੂਰੀ ਦੁਨੀਆ ਵਿੱਚ, ਦੇਸ਼ ਵਿੱਚ ਹੋਣ ਡਿਆ, ਗਾਹਾਂ ਕੋਈ ਨਵਾਂ ਵਿਚਾਰ ਕਰਕੇ ਹੋਰ ਪੈਂਤਲਾ ਲੈ ਕੇ ਆਵਾਂਗੇ, ਅੰਦੋਲਨ ਤੇਜ਼ ਕਰਾਂਗੇ ਜਿਹੜਾ ਸਾਡੇ ਹੱਥ 'ਚ ਆ। ਅੱਜ ਜਿਹੜਾ 26 ਮਈ ਦਾ ਦਿਨ ਚੁਣਿਆ ਗਿਆ ਤੁਸੀਂ, ਤੁਹਾਡੇ ਵੱਲੋਂ ਪੂਰੇ ਦੇਸ਼ 'ਚ ਕਾਲੀ ਝੰਡੀਆਂ ਫਲਾ, ਕਿਆ ਇਹ ਕਿਉਂ ਚੁਣਿਆ ਗਿਆ 26 ਅੱਜ ਦਾ ਦਿਨ? ਦੇਖੋ, ਇਹ ਨਾਰਮਲ ਸੀਗਾ, ਚੁਣਿਆ ਕੁਛ ਨਹੀਂ ਹੈਗਾ ਇਹਦੇ 'ਚ। ਇਹ 26 ਮਈ ਅੱਜ ਦੇ ਦਿਨ ਹੀ ਦਿੱਲੀ ਧਰਨਾ ਲੱਗਾ ਸੀ, ਅੱਜ 6 ਮਹੀਨੇ ਹੋ ਰਿਹਾ, ਅਤੇ ਇਸ ਕਰਕੇ ਦਿਨ ਨੂੰ ਪਹਿਲਾਂ ਕੀਤਾ ਗਿਆ। ਅੱਜ ਬੁੱਧ ਪੂਰਨਿਮਾ ਵਾ, ਉਹਦੀ ਵੀ ਅਸੀਂ ਬੋਧੀਆਂ ਨੂੰ ਵਧਾਈ ਦਿੰਦੇ ਹਾਂ। ਅਤੇ ਤੁਹਾਡਾ ਅੱਜ ਕਿਆ ਪੂਰੇ ਦੇਸ਼ ਦੇ ਵਿੱਚ, ਪ੍ਰਦੇਸ਼ ਦੇ ਵਿੱਚ ਕਿਆ ਕਿੱਥੇ ਕਿੱਥੇ ਤੁਹਾਡੇ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ? ਸਾਡੇ ਪੂਰੇ ਪੰਜਾਬ ਦੇ ਪਿੰਡਾਂ 'ਚ, ਆ ਵੱਲਾ ਪਿੰਡ ਆ ਜਿੱਥੇ ਖੜ੍ਹੇ ਤੁਹਾਡੇ ਲੱਗੇ, ਅੰਮ੍ਰਿਤਸਰ ਦੇ ਨੇੜੇ, ਇੱਥੇ ਵੱਲੇ ਦਾ ਪ੍ਰੋਗਰਾਮ ਸੀ, ਇੱਥੇ ਰੋਡ 'ਤੇ ਕਰ ਲੈਣਾ। ਸਾਰੇ ਪੰਜਾਬ ਦੇ ਪਿੰਡਾਂ 'ਚ ਆਪਣੇ ਵਹੀਕਲਾਂ 'ਤੇ, ਘਰਾਂ 'ਤੇ ਕਾਲੇ ਝੰਡੇ ਲਾਉਣੇ ਆ ਇੱਕ ਤਾਂ। ਦੂਸਰਾ ਹੈਗਾ ਵਾ ਵੀ ਅਸੀਂ ਰੋਸ ਮੁਜ਼ਾਹਰਾ ਪਿੰਡ ਦੇ ਕਰਕੇ ਮੋਦੀ ਸਰਕਾਰ ਦੀ ਅਰਥੀ ਸਾੜਨੀ ਆ, ਔਰ ਲੋਕਾਂ ਨੂੰ ਹਰ ਪੱਖ ਤੋਂ ਅਵੇਅਰ ਕਰਨਾ, ਮੋਰਚਾ ਕਿੱਥੇ ਖੜਾ, ਕਿਵੇਂ ਚਲਾਉਣਾ।
ਇਹ ਪ੍ਰੋਗਰਾਮ ਸਰ ਪਹਿਲੇ ਮਾਤਾਵਾਂ ਦਾ ਭੈਣਾਂ ਦਾ ਬਹੁਤ ਸਾਥ ਮਿਲ ਰਿਹਾ ਸੀਗਾ ਕਿ ਹਜੇ ਵੀ ਉੱਥੇ ਡਟੀਆਂ ਆਪਣੇ ਮੋਰਚੇ ਦੇ ਉੱਪਰ ਹਾਂ ਬਹੁਤ ਵੱਡੇ ਪੱਧਰ ਤੇ ਹੋਰ ਨਾ ਪਿੰਡਾਂ ਦੇ ਚ ਬੀਬੀਆਂ ਹੀ ਵੱਡੇ ਪੱਧਰ ਸੀਗੇ ਚਲ ਇੱਥੇ ਵੱਲੇ ਨਹੀਂ ਹੈਗੀਆਂ ਸਾਰੇ ਪਿੰਡਾਂ ਚ ਬੀਬੀਆਂ ਔਰਤਾਂ ਦਾ ਅੱਜ ਪੰਜਾਬ ਚ ਵੀ ਦਿੱਲੀ ਮੋਰਚੇ ਚ ਵੀ ਵੱਡਾ ਯੋਗਦਾਨ ਹੈ ਤੇ ਅੱਗੇ ਵੀ ਰਹੂਗਾ ਅੱਛਾ ਜਿਵੇਂ ਤੁਸੀਂ ਤੁਹਾਡੇ ਵੱਲੋਂ ਕਿਹਾ ਜਾਂਦਾ ਸੀ ਕਿ ਮੀਟਿੰਗਾਂ ਦੇ ਵਿੱਚ ਸਰਕਾਰ ਇਹ ਮੰਨ ਗਈ ਹੈ ਵੀ ਕਾਨੂੰਨਾਂ ਦੇ ਵਿੱਚ ਸੰਸ਼ੋਧਨ ਅਸੀਂ ਕਰ ਦਿੰਦੇ ਹਾਂ ਪਰ ਰੱਦ ਨਹੀਂ ਕਰ ਰਹੇ ਹੁਣ ਕਿਸਾਨ ਹੁਣ ਸਰਕਾਰ ਉਹਨਾਂ ਤੇ ਵੀ ਗੱਲ ਨਹੀਂ ਕਰ ਰਹੀ ਹਾਂ ਦੇਖ ਸਵਾਲ ਤਾਂ ਇਹੀ ਹੈ ਵੀ ਸਰਕਾਰ ਦੀ ਨੀਅਤ ਨਹੀਂ ਹੈਗੀ ਸਰਕਾਰ ਤਾਂ ਹੋਲਡ ਕਰਨ ਵਾਲੀ ਗੱਲ ਮੰਨ ਗਈ ਸੌਦਾ ਕਰਨ ਨੂੰ ਮੰਨ ਗਈ ਪਰ ਹੁਣ ਉਹਨਾਂ ਨੂੰ ਲੱਗਦਾ ਵੀ ਅਸੀਂ ਗੱਲਬਾਤ ਨਹੀਂ ਕਰਨੀ ਜਿਹੜੀਆਂ ਦੋ ਮੰਗਾਂ ਮੰਗੀਆਂ ਉਹਨਾਂ ਨੂੰ ਵੀ ਲਾਗੂ ਨਹੀਂ ਕਰ ਰਹੀ ਸੋ ਮੈਂ ਕਿਹਾ ਵੀ ਜਿਹੜਾ ਪਿੱਛੇ ਏਜੰਡਾ ਕਾਰਪੋਰੇਟ ਘਰਾਣੇ ਤੈਅ ਕਰਕੇ ਦੇ ਰਹੇ ਉਹਨਾਂ ਹੀ ਗੁਨਾ ਕੁ ਵੱਧਦੇ ਨੇ ਅੰਦੋਲਨ ਜਿੱਤਾਂਗੇ ਭਾਵੇਂ ਸਮਾਂ ਲੱਗੇ ਸਰਕਾਰ ਦਾ ਰਵੱਈਆ ਹੁਣ ਜਿਹੜਾ ਨਕਾਰਾਤਮਕ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਅੰਦੋਲਨ ਤੇਜ਼ ਕਰੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਂ ਬਿਲਕੁਲ ਸਰਕਾਰ ਦਾ ਨਕਾਰਾਤਮਕ ਹੀ ਨਹੀਂ ਹੈਗਾ ਯਾਨੀ ਕਰੋਨਾ ਦੀ ਆੜ ਵਿੱਚ ਛਾਲ ਵਾਲੀ ਨੀਤੀ ਦੇ ਨਾਲ ਅੰਦੋਲਨ ਨੂੰ ਖੰਡਾਉਣ ਦੇ ਪਿੱਛੇ ਵੀ ਲੱਗੀ ਹੋਈ ਆ ਜਿਵੇਂ ਉਹਨੂੰ ਪੂਰੇ ਦੇਸ਼ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਗਾਹਾਂ ਉਹਦੇ ਸਾਹਮਣੇ ਯੂਪੀ ਉੱਤਰਾਖੰਡ ਵੀ ਹੈ ਜੇ ਉਹ ਕਿਸਾਨਾਂ ਨਾਲ ਬਹਿ ਕੇ ਨਹੀਂ ਨਿਬੜਦੀ ਤਾਂ ਉਹਨੂੰ ਸੱਤਾ ਤੋਂ ਹੱਥ ਘੁਮਾਉਣੇ ਪੈਣਗੇ ਤਾਂ ਦਿਖ ਰਿਹਾ ਸਾਨੂੰ ਤੁਹਾਨੂੰ ਲੱਗਦਾ ਵੀ ਕਿਸਾਨ ਲਗਾਤਾਰ ਕਈ ਕਿਸਾਨਾਂ ਦੀ ਮੌਤ ਹੋ ਗਈ ਲਗਾਤਾਰ ਸੰਘਰਸ਼ ਪਹਿਲੇ ਸਰਦੀ 'ਚ ਡਟਿਆ ਗਰਮੀ 'ਚ ਮਰ ਰਿਹਾ ਕਿਸਾਨ ਇਹਨਾਂ ਨੂੰ ਇਲੈਕਸ਼ਨ ਜਿੱਤਣ ਦੀ ਪਈ ਹੋਈ ਹੈ ਯੂਪੀ 'ਚ ਮੀਟਿੰਗਾਂ ਕਰ ਰਹੇ ਹੈ ਸਹੀ ਗੱਲ ਹੈ ਤੁਹਾਡੀ ਇਹ 'ਚ ਕੋਈ ਰੌਲਾ ਨਹੀਂ ਵੀ ਜਦੋਂ ਅਸੀਂ ਸੰਘਰਸ਼ ਕਰ ਰਹੇ ਹਾਂ ਸੰਘਰਸ਼ ਦੀਆਂ ਹਜ਼ਾਰਾਂ ਤਕਲੀਫਾਂ ਨੇ ਸੰਘਰਸ਼ ਹੁੰਦੇ ਤਕਲੀਫਾਂ 'ਚੋਂ 24-24 ਘੰਟੇ ਮੀਂਹ ਪੈਂਦਾ ਕੋਈ ਕੰਪਨੀ ਜਿੱਥੇ ਫੁੱਟ ਪਾਣੀ ਨਹੀਂ ਵੜਦਾ ਹੈਗਾ ਬਿਜਲੀ ਦੀ ਸਾਡੇ ਸਮੱਸਿਆ ਆਉਂਦੀ ਮੱਛਰ ਦੀ ਸਮੱਸਿਆ ਆਉਂਦੀ ਸਫਾਈ ਦੀ ਸਮੱਸਿਆ ਪਰ ਫਿਰ ਵੀ ਇੰਨੀਆਂ ਦਿੱਕਤਾਂ ਦੇ ਬਾਵਜੂਦ ਕਿਸਾਨ ਚੜ੍ਹਦੀ ਕਲਾ 'ਚ ਆ ਕਿਉਂਕਿ ਸਾਡੀ ਆਉਣ ਵਾਲੀਆਂ ਨਸਲਾਂ ਦਾ ਆਉਣ ਵਾਲੀਆਂ ਫਸਲਾਂ ਦਾ ਭਵਿੱਖ ਦਾ ਸਵਾਲ ਆ ਦੇਸ਼ ਦੀ ਖੇਤੀਬਾੜੀ ਸੈਕਟਰ ਕਾਰਪੋਰੇਟ ਰਹੂ ਕਿ ਸਾਡੇ ਕੇ ਰਹੂ ਅਸੀਂ ਹਰ ਕਿਸਮ ਦੀ ਕੁਰਬਾਨੀ ਕਰਾਂਗੇ ਕਿਉਂਕਿ ਸਾਨੂੰ ਲੱਗਦਾ ਵੀ ਇਹ ਤੋਂ ਗਾਂਹ ਅਸੀਂ ਭਵਿੱਖ 'ਚ ਰਹਿਣਾ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਲੋਂ ਅਪੀਲ ਕੀਤੀ ਜਾਂਦੀ ਵੀ ਕਰੋਨਾ ਵੱਧ ਰਿਹਾ ਕਿਸਾਨਾਂ ਨੂੰ ਭਰਾਵਾਂ ਨੂੰ ਅਪੀਲ ਹੈ ਵੀ ਉਹ ਇਕੱਠ ਨਾ ਕਰਨ ਵੱਡੇ ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਪਿਛਲੇ 4.5 ਸਾਲਾਂ 'ਚੋਂ ਹਰ ਖੇਤਰ 'ਚ ਨਾਕਾਮਯਾਬ ਹੋ ਗਏ ਕਿਸਾਨਾਂ ਨਾਲ ਵੀ ਆਮ ਲੋਕਾਂ ਨਾਲ ਵੀ ਔਰ ਇਦੋਂ ਲੱਗਦਾ ਵੀ ਉਹ ਕਰੋਨਾ ਨੂੰ ਸਾਂਭਣ 'ਚ ਜਿਹੜੀ ਚਿਕਿਤਸਾ ਆਪਣੀ ਸਿਹਤ ਸਹੂਲਤਾਂ ਵਿੱਚ ਕੁਝ ਚੰਗਾ ਕਰਨਾ ਚਾਹੀਦਾ ਉਹ ਵੀ ਨਹੀਂ ਹੈ ਹੁਣ ਉਹ ਆਪਣੀਆਂ ਗੱਲਾਂ ਨੂੰ ਨਾਕਾਮਯਾਬੀਆਂ ਨੂੰ ਲੁਕਾਉਣ ਲਈ ਠੀਕ ਰਾ ਕਿਸਾਨਾਂ ਸਿਰ ਭੰਨ ਕੇ ਅਪੀਲ ਇਮੋਸ਼ਨਲ ਕਰਕੇ ਇਹ ਕੋਈ ਸਾਰਥਕ ਹੱਲ ਨਹੀਂ ਹੈਗਾ ਤੋ ਜਦੋਂ ਕਿਸਾਨ ਜਾ ਰਹੇ ਨੇ ਉਹ ਸਾਰੀਆਂ ਗੱਲਾਂ ਦਾ ਖਿਆਲ ਵੀ ਰੱਖ ਰਹੇ ਨੇ ਸੰਘਰਸ਼ ਵੀ ਕਰ ਰਹੇ ਨੇ ਤੋ ਸਾਡੇ ਵੱਲ ਗੱਲ ਕਰਨ ਦੀ ਬਜਾਏ ਕੇਂਦਰ ਨੂੰ ਅਪੀਲ ਕਰਦੇ ਫਿਰ ਉਹਨਾਂ ਨਾਲ ਬਹਿ ਕੇ ਮਸਲੇ ਨਿਬੇੜ ਦਿਓ ਆਪ ਦੇਖਦੇ ਆਪਣੀ ਪੀੜ੍ਹੀ ਥੱਲੇ ਸੋਟਾਂ ਮਾਰ ਕੇ ਵੀ ਉਹਨਾਂ 4.5-5 ਸਾਲਾਂ 'ਚ ਕੀਤਾ ਵੀ ਕੀ ਆ ਤੋ ਬੇਬੁਨਿਆਦੀ ਗੱਲਾਂ ਨੇ ਇਹਦੇ ਤੋਂ ਲੱਗਦਾ ਵੀ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਰਦੇ ਨੇ ਵੀ ਮੈਂ ਵੀ ਮੋਦੀ ਵਾਲੇ ਨੂੰ ਬੋਲੀ ਬੋਲਦਾ ਮੈਂ ਤੁਹਾਡੀ ਸਾਹਿਬ ਇਲੈਕਸ਼ਨ ਨੇੜੇ ਆ ਰਹੇ ਆ ਵਿਧਾਨ ਸਭਾ ਪੰਜਾਬ ਦੇ ਅਤੇ ਤੁਹਾਨੂੰ ਕਿਸਾਨਾਂ ਦਾ ਕੀ ਰੁੱਖ ਹੋਏਗਾ ਦੇਖੋ ਮੁੱਦਾ ਵਾ ਕਿਸਾਨੀ ਦਾ ਇਸ ਮੁੱਦੇ ਨੂੰ ਉਭਾਰਾਂਗੇ ਕਿਸਾਨਾਂ ਦੁਆਲੇ ਇਲੈਕਸ਼ਨ ਦੇ ਮੁੱਦੇ ਘੁੰਮਣਗੇ ਠੀਕ ਹੈ ਕਿਸਾਨਾਂ ਦੇ ਮੁੱਦੇ ਭਾਰੂ ਰਹਿਣਗੇ ਇਹ ਸਾਡਾ ਕੰਮ ਹੈ ਕਿਸਾਨ ਮਜ਼ਦੂਰ ਦੀ ਆਵਾਜ਼ ਨੂੰ ਬੁਲੰਦ ਕਰਨਾ ਉਹਨਾਂ ਲਈ ਜੋ ਵੱਧ ਤੋਂ ਵੱਧ ਲਕਸ਼ਣਾਂ ਦੇ ਵਿੱਚ ਪ੍ਰਾਪਤ ਕੀਤਾ ਜਾ ਸਕੇ ਲਿਆ ਜਾ ਸਕੇ ਲਕਸ਼ਣਾਂ ਦਾ ਉਹਨਾਂ ਦੁਆਲੇ ਘੁਮਾਏ ਰੱਖਣੇ ਇਹ ਯਤਨ ਰਹਿਣਗੇ ਸਰ ਵਾਅਦੇ ਤਾਂ ਕਰ ਦੇਣਗੇ ਉਹ ਇੰਪਲੀਮੈਂਟ ਤਾਂ ਹੁੰਦੇ ਨਹੀਂ ਅਤੇ ਕਿਆ ਕਿਸਾਨ ਖੁਦ ਆਪ ਇਹ ਇਲੈਕਸ਼ਨ 'ਚ ਹਿੱਸਾ ਲੈਣਗੇ ਨਾ ਸਾਡੀ ਜਥੇਬੰਦੀ ਕੋਈ ਨਹੀਂ ਹੈਗਾ ਨਾ ਅਸੀਂ ਇਲੈਕਸ਼ਨਾਂ 'ਚ ਪਹਿਲੋਂ ਕਦੇ ਨਾ ਗਾਂਹ ਲਾਂਗੇ ਹਾਂ ਇਹ ਜ਼ਰੂਰ ਹੈ ਵੀ ਅਸੀਂ ਲਹਿਰ ਨੂੰ ਵੱਡੀ ਕਰਕੇ ਕੋਈ ਵਾਅਦੇ ਜੇ ਲਹਿਰ ਵੱਡੀ ਹੋਊਗੀ ਤਾਂ ਲਹਿਰ ਦਬਾਅ ਪਾ ਕੇ ਵਾਅਦੇ ਵੀ ਪੂਰੇ ਕਰਵਾਊ ਤੁਹਾਨੂੰ ਕੀ ਲੱਗਦਾ ਵਿਧਾਨ ਸਭਾ ਚੋਣਾਂ 'ਚ ਕਿਸਾਨੀ ਮੁੱਦਾ ਰਹੇਗਾ ਭਰਪੂਰ ਹੁਣ ਤਾਂ ਦੇਖੋ ਬੀਜੇਪੀ ਵੀ ਕਹਿੰਦੀ ਅਸੀਂ ਕਿਸਾਨਾਂ ਦੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਅਸੀਂ ਵੀ ਕਿਸਾਨਾਂ ਦੀ ਪਾਰਟੀਆਂ ਆਮ ਆਦਮੀ ਆਪਣੇ ਆਪ ਨੂੰ ਕਹਿੰਦੇ ਅਸੀਂ ਕਿਸਾਨਾਂ ਕਾਂਗਰਸ ਕਹਿੰਦੀ ਅਸੀਂ ਕਿਸਾਨਾਂ ਦੀ ਪਾਰਟੀਆਂ ਅਤੇ ਕਿਸਾਨ ਤਾਂ ਵਿਚਾਰਾ ਸੜਕ 'ਤੇ ਰੁਲ ਰਿਹਾ ਜੇ ਅੰਦੋਲਨ ਚੱਲ ਗਿਆ 22-24 ਤੱਕ ਵੀ ਗਿਆ ਤਾਂ 100% ਹੀ ਮੁੱਦੇ ਇੱਕ ਨੰਬਰ 'ਤੇ ਭਾਰੂ ਰਹਿਣਗੇ ਤੁਸੀਂ ਹੋਰ ਕੁਛ ਕਹਿਣਾ ਚਾਹੋ ਬਸ ਅਸੀਂ ਇਹੀ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਦੇਖੋ ਅੱਜ ਆਪਾਂ ਵਿਰੋਧ ਦਿਹਾੜਾ ਮਨਾ ਰਹੇ ਹਾਂ ਘਰਾਂ 'ਚ ਵਹੀਕਲਾਂ 'ਤੇ ਸਾਰਿਆਂ 'ਤੇ ਆਉਣ ਵਾਲੀਆਂ ਭਵਿੱਖ ਵਾਸਤੇ ਬੱਚਿਆਂ ਵਾਸਤੇ ਇਸ ਰੋਸ ਦਿਹਾੜੇ ਵਿੱਚ ਸਾਰੇ ਸ਼ਾਮਿਲ ਹੋਈ ਆ ਅੱਛਾ ਬਨੇ ਸਾਹਿਬ ਇੱਕ ਪ੍ਰਧਾਨ ਮੰਤਰੀ ਸਾਹਿਬ ਨੇ ਕਦੀ ਥਾਲੀਆਂ ਵਜਾ ਦਿੰਦੇ ਨੇ ਕਦੀ ਮੋਮਬੱਤੀਆਂ ਜਗਾ ਦਿੰਦੇ ਨੇ ਕਿਆ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਜਵਾਬ ਦੇ ਦੇਣਗੇ ਕਿਸਾਨ ਵੀ ਕਿਸਾਨ ਵੀ ਥਾਲੀਆਂ ਵਜਾ ਕੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਨਗੇ ਵੀ ਸਾਡੀ ਗੱਲ ਸੁਣੋ ਨਾ ਮੈਂ ਤਾਂ ਕਹਿੰਦਾ ਕਿਸਾਨ ਮੇਰਾ ਜੋ ਲੱਗਦਾ ਵੀ ਜਦੋਂ ਵੋਟਾਂ ਮੰਗਣ ਥਾਲੀ ਵਜਾ ਦਿਆ ਕਰਨ ਜਦੋਂ ਕੈਪਟਨ ਸਾਹਿਬ ਉਦੋਂ ਠਿਕਰੀ ਪੈਰਾ ਲਾ ਦਿਆ ਕਰਨ ਵੀ ਸਿਆਸਤਦਾਨਾਂ ਲਈ ਠਿਕਰੀ ਪੈਰੇ ਲੱਗੇ ਜੇ ਠਿਕਰੀ ਪੈਰੇ ਸਾਰੀ ਚੀਜ਼ਾਂ ਦੇ ਹੱਲ ਆ ਤਾਂ ਫਿਰ ਸਰਕਾਰਾਂ ਦੀ ਕੀ ਲੋੜ ਹੈਗੀ ਹੈ ਫਿਰ ਥਾਲੀ ਵਜਾ ਲਓ ਠਿਕਰੀ ਪੈਰੇ ਲਾ ਲਓ ਮਤਲਬ ਕੁੱਲ ਮਿਲਾ ਕੇ ਕਿਸਾਨ ਜਦੋਂ ਤੱਕ 3 ਕ੍ਰਿਸ਼ੀ ਕਾਨੂੰਨ ਰੱਦ ਨਹੀਂ ਹੁੰਦੇ ਤੁਸੀਂ ਆਪਣੇ ਬੈਠੇ ਰਹੋਗੇ ਬਿਲਕੁਲ ਸਾਡਾ ਤਾਂ ਪੇਟ ਦਾ ਸਵਾਲ ਹੈ ਨਾ ਸਾਡੇ ਭਵਿੱਖ ਦਾ ਸਵਾਲ ਹੈ ਬਵਾਂਗੇ ਮਰਦਾ ਕੀ ਨਹੀਂ ਕਰਦਾ ਇੱਧਰ ਵੀ ਮੌਤ ਹੈ ਉੱਧਰ ਵੀ ਮੌਤ ਹੈ ਲੜਾਂਗੇ ਇਹ ਦੇਖੀਏ ਇਹ ਕਿਸਾਨ ਹੈ ਤਮਾਮ ਇਹ ਕਾਲੇ ਝੰਡੇ ਉਠਾ ਰੱਖੇ ਇਨ ਲੋਕਾਂ ਕੀ ਔਰ ਸੇ ਅਭੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾ ਪੁਤਲਾ ਫੂਕਾ ਜਾਏਗਾ ਇਨਕਾ ਕਹਿਣਾ ਹੈ ਕਿ ਹਮਾਰਾ ਜੋ ਹਮਾਰੀ ਲੜਾਈ ਸਰਕਾਰ ਕੇ ਸਾਥ ਹੈ ਜਬ ਤੱਕ
अज 26 तरीक नूं पूरे 6 महीने जिहड़े बार्डरां दे उत्ते दिल्ली दे बार्डरां दे बैठे नूं हो गए आ ते साडा अंदोलन दिन प्रतिदिन अगे नालों वध रिहा लगातार तेज़ हो रहा वा। ये अंदोलन काले कानूनां दी वापसी तक चलूगा, चाहे अज कर दे मोदी चाहे कल कर दे, क्योंकि अज जिहड़ा असीं काला दिवस मना रहे हां पूरे देश दे विच ये सानू मोदी सरकार दे उत्ते रोस है वे जिहड़ा 6 महीनिआं तों किसानां नूं अणदेखिआ करके अणगौलिआं करके जिहड़ा अखां बीटा मीट के जिहड़ा मोदी जिहड़ा वा इस नूं वेख रिहा अडानियां अबानियां नूं जिहड़ा खुश करन वास्ते काले कानून उहनां दे हक दे विच जिहड़ा वा उह लागू कर रिहा वा। इस करके असीं अज रोस जो अपने घरां दे उत्ते मकाना दुकाना ट्रैक्टर ट्रालियां मोटरसाइकलों के उत्ते काले झंडे ला के ते इहनूं काले दिवस वजो जिहड़ा वा मनाया वा, क्योंकि साडियां जमीनां दे उत्ते कारपोरेटां दा कब्जा करवाउण वास्ते पूरी तरह पूंजीपतियां नूं जिहड़ा वा साडे मंडी दे बाज़ार दे उत्ते पूरी देश दे उत्ते जिहड़ा जमीनां उहदे कब्जे 'च करवा के पूरी तरह किसानी नूं तबाह करन वास्ते मोदी जिहड़ा तुलिया आ। इस करके असीं अपना जिहड़ा अंदोलन आ लगातार जारी रखांगे जद तक जिहड़े कानून वापस नहीं हो जांदे, जिहड़े खेती विरोधी आ आम लोग विरोधी आ बिल्कुल असी जो अपना अंदोलन वापस जोड़ा वा वो नहीं लवेंगे। ये देखिए प्रधानमंत्री नरेंद्र मोदी का पुतला बनाया गया है, इसे जलाने की तैयारी चल रही है, जगह जगह किसानों की ओर से केंद्र सरकार की ओर के विरोध में प्रदर्शन किया जा रहा है। अब ये देखिए हाल गेट के बाहर किसान पहुंचे हैं, पहले हम और भी जगह पर देखे आपको दिखाया है कहां का किसान प्रदर्शन कर रहे हैं। ये देखिए हम बात करेंगे किसान नेताओं से उनका क्या कहना है। देखिए ये किसान नेताओं की ओर से हाल गेट के बाहर प्रधानमंत्री नरेंद्र मोदी का पुतला फूका जा रहा है। हमारे साथ है किसान नेता, क्या नाम है जी थोड़ा? मेरा नाम करमजीत सिंह नंगली जी, ब्लाक प्रधान अटारी भारतीय किसान जन एकता उग्राह जी। अज देखो प्रदर्शन कर रहे हो, काफ़ी देर तो किसान प्रदर्शन कर रहे पर गल किसी पासे लग नहीं रही। ये सानू दिल्ली के बार्डर में बैठे 6 महीने पूरे हो चले है जी, अज हो गए 6 महीने पूरे। कुंभकर्ण की नींद सुती जी भाजपा की सरकार वा वो संबंध में एक आप जरा पुतला फूकन आया, दूजा जरा 1.5 साल तो पिछले तो करोना चल रहा यदा सरकार ने कोई इंतजाम नहीं किया सवाए इनू अपने हक च भुगताने की खातर, होर कोई सरकार ने इंतजाम नहीं किया। नकाम जिहड़ियां सरकार दियां नाकामियां लोगों के सामने लियाउण वास्ते पुतले फूकण वास्ते आए। की लगता भी जिन्ना साथ किसानों का जनता को देना चाहिए सी, क्योंकि किले किसानों की लड़ाई नहीं है ये जनता की लड़ाई है, उन्हां लोग साथ दे रहे थोड़ा? लोगों का पूरा साथ वा जी, लोगों का सानू कोई गुस्सा नहीं, क्योंकि सरकार जो कुंभकर्ण जिहड़ा घेसला बंदा होवे उर ते जिन्नियां मर्जी बाल्टियां पानी दियां मारिया जाओ नहीं उठता हुंदा, जे कोई उतरा नींदे सुता हो तो उत्ते छिट्टे मार के ठाया जा सकता। ये जी बीजेपी की सरकार वा ये जान के घेस मार के सुती है, ये लोगों का सानू कोई दोष नहीं। लोगों का अज भी भरमा हंगारा, दुकानदार वीर का भरमा हंगारा, साडे नाल बाबा दीप सिंह एसोसीएशन जी साडे उत्थे नंगली भट्ठे दे बणी आ, वो पूरे दा पूरे दुकानदार वीर साडे नाल चलदे अज भी साडे नाल आए आ। हर एक दुकानदारां दा किरतियां दा मुलाजमान दा सारयां दा साडे नाल पूरा संजोग वा, सिर्फ ये सरकारां ही जाण के जाण बुझ के कुंभ करनी नींद सुतियां वा तो बाहर लियाउण वास्ते सारा इहनूं करना। तुहाडा की है इक तो पुतला फूकना, होर की प्रोग्राम तुहाडा? पुतला फूक के बाकी लोगों को जागरूक करांगे भी ये वेखो किन्ने इन्होंने 3500 करोड़ के लगभग सरकार ने रुपये जिहड़े आ रखे सी, जिहड़ा इन्होंने ऑक्सीजन के प्रबंध करने वास्ते जिहदे 165 प्लांट इन्होंने कहे लावांगे, जिहदे 33 प्लांट लगे आ, बाकी प्लांटां दा कोई वाली वारस नहीं आ। जिहड़े वेंटीलेटर वा वो भी हस्पतालों के अद्धे अधूरे पए आ, जे अंबरसर 350+ कोई वेंटीलेटर आए आ ते अज उहदे 200 चलन दे, बाकी वेंटीलेटर वास्ते डाक्टर नहीं है। सो इस तरह तरन तारण के दो ही ज्यों त्यों पाए, दसो है ही 2 वेंटीलेटर तो की प्रबंध करेंगे तो की उत्थे डाक्टर का होगा? सेंटर गवर्नमेंट जिम्मेदार है या पंजाब सरकार जिम्मेदार है? दोवें गवर्नमेंट है जी, जो सेंटर सरकार बोलती है वो पंजाब की सरकार करती, वास्ते भारतीय किसान जन एकता ग्राह 28-29-30 कैप्टन का मोती महल भी घेरूगी, जिदे वड्डी पद्धर से किसान अंबरसर तो ला के सारे पंजाब के किसान उत्थे इकट्ठे होणगे। कुछ कहना चाहो? बस सरकारों ये गल कहने भी ताड़ी परजा वा, इन्होंने तुहानू टैक्स देंदी आ, तुहानू वोटां पा के चुनिया वा, इन्हां दी गल सुनो, इन्हां दा जिहड़ा ध्यान वा रखो। जिहड़ा वेखो जे करोना महामारी आ ते हुण इस वक्त इन्हां नू जिन्ने वी हस्पताल सरकारी प्रबंध हेठ लियाउणे चाहीदे आ, सगों ये नहीं भी सरकारी जिहड़े हस्पताल वी प्राइवेट प्रबंधां 'च दे दिए, क्योंकि प्राइवेट प्रबंधां 'च आम लुट हुंदे लोकां नू सुणी जांदी, इस करके जिहड़े प्रबंध वा सरकार दे खोखले, इन्हां ते ध्यान देण दी लोड़ है। आम तौर ते देखिआ जांदा सरकारां कह दिंदियां साडे खजाने खाली ने, आम बंदा ते टैक्स देंदा सवेर तो जो आप सवेरे उठते हैं जी, बुरश लाने बुरश तो ला के शामा दे सौण तक बुरश लाने, बुरश के पेस्ट लाने, मुड़के आप चाह पत्ती खंड जो भी पाने सब टैक्स दे तुरे जाने, जे तेल वा तो तेल से तीन बारी टैक्स देने आप। सो भरा ये अपना लोगों जोड़ा मतलब हैगा वा, इस लोगों का कोई कसूर नहीं, जो कसूर वा तो सरकार का वा, सरकारों ये प्रति ध्यान देने की लड़ है, लोगों को अपना जो करते कर ही रहे हैं। तो लगता लीडर अपना ढिड भरी जाते लोग अपना भर रहे हैं जी, जिन्हें लीडर वा तुम वेखो जिंदी सरकार वा उस तो पहला जो लीडर वा भुखे मरते हैं, जो ये सरकार बनती है लीडर दार गुणा प्रॉपर्टियां बढ़ जाए, इन्हों की जांच होनी चाहिए। किसान है तमाम, आज देखिए हाल गेट के बाहर इनकी ओर से
प्रधानमंत्री नरेंद्र मोदी का पुतला फूंका जा रहा है। इनके किसानों में रोष है कि हम तो हर चीज़ पर टैक्स देते हैं, सरकारें ये कहती हैं कि हमारे पास पैसा नहीं है, खजाने का पैसा जाता कहाँ है, ये सारे का सारा पैसा कुल मिल बांटकर खा रहे हैं। ये देखिए, हम आपको पल पल की जानकारी देते रहेंगे और किसानों की मांगे जो हैं अगर जायज़ हैं, ये नहीं चाहते हैं कि ये काले कानून इन पर थोपे जाएँ, तो आखिरकार केंद्र सरकार इन पर क्यों अड़ी हुई है? इन्हें रद्द कर देना चाहिए, नहीं तो ये किसी इनसे बात करके, किसान पहले ठंड में अब गर्मी में बरसात में वहाँ पर डटे हुए हैं, हमारी माताएं हमारी बहनें भी वहाँ पर हैं, लेकिन ये किसी तरफ बात लग नहीं रही है। प्रधानमंत्री खामोश बैठे हुए हैं, उन्हें खुद बढ़कर आगे आना होगा और इनकी बात सुनाओ, क्योंकि ये आपकी ही जनता है प्रधानमंत्री जी, आपको वोट मांगने जब इनके बीच जा सकते हो तो इनकी बात क्यों नहीं सुन सकते? ये देखिए, महिलाओं की ओर से भी प्रदर्शन किया जा रहा है। की नाम है माजी द्वारा कर गया की नाम है तो जसप्रीत कौर, तुम क्यों प्रदर्शन कर रहे हो? हाँ जी, प्रदर्शन रोन रहे जी, जान लू मोदी जान रोन रहे हैं, 6 महीने के बंदे उत्थे बैठे ने जी, ऐसी लगे बैठे हैं, आ कह दिया जमिया नहीं है, ये कह दिया धिया नहीं है, ये कह दिया भैन नहीं है, यदि भैन यदि माँ छड़क तो बवे इनू कि दुख होवे, जून जुलाई का महीना चलन लगा है, की गल साढ़े तो तरस क्यों नहीं आता है? है असि इंसान नहीं हाँ, असें धुप्पे बिठाया सड़कों से क्या, साडा माँ प्यो धियां बाहर नहीं करता, जरा सड़क से रात अं सड़क से रहने, रात सड़क से रहने असी, की गल तरस नहीं आता? मेरा नाम बलविंदर कौर है, मैं अटारी ब्लाक वालों महिला विंग की प्रधान आ, मैं असी कोई बेकूफ है नहीं जो तुरे फिरने, असी घर वाले हाँ, सिर्फ एक चीज़ ये वेखी गई आ, जोड़ा सा देश है गुलाम हो चुका है, गुलाम किन्ने किया बानी तो डानी ने, सिर्फ पर्दे पिछे आ, वो सिर्फ पर्दा ही चुकन वाला आ, जे पर्दा चुकया गया साडा देश जिहड़ा गुलाम आ, ये जिहड़े कुर्सियां ते बैठे आ ना, ये ते मूर्तियां भाइयां ने, तुहानूं लगदा वी सारे लीडर इक्को जिहे आंदे आ माल खांदे आ? सब इक्को जिहे आ, सब इक्को जिहे, कर्तर बादल भाजपा सारे इक्को जिहे आ, ते वट्टे इक्को जिहे आ, पहले मोदी कहिंदा सी कि थाली कुटो दीवे जगाओ, हुण अन्ना होया देखदा नहीं आ कि बच्चे छड्ड के दुनिया बैठी होई आ, फिर ओ वेखे जिहड़ा सुनण दी गल जिहड़ी सुनण वाली सुनो, देश गुलाम करता है, देश गुलाम कदों दा जाणे ने बैठे आ, पहले सानू कोई पता नहीं कितना बैठे आ, फिर एक पर्दा है, पर्दे दे पिछे ना डोरगा खिचगा ने, ए डोरी खिचदा बानी ते डानी, ए उसे तरह पुड़कदगा मूर्तगा जो करदा, जिवें एक अपने कोल कोरोना बणाईयां ने, जिवें एक खडौणा नहीं खडौणा, जिवें खडौणा एक एक मतलब हैगी खेड आ, एक बंदा पर्दे पिछे हुंदा, एक गुड्डी दा खडौणा हुंदा, एक गुड्डे दा ते एक नाग दा हुंदा, ओले बह के रस्सी खिंचदा, कदी गुड्डी पुड़कदी कदी गुड्डा पुड़कदा कदी नाग पुड़कदा, नाग कौन? मोदी। गुड्डा कौन? कैप्टन। गुड्डी कौन? बादल। अच्छा ये साडे जिहड़े ये दौर खिंचदा बानी ते डानी, ये जिहड़े पुड़की जांदे आ, ये मूर्तियां ने, इहनां दे वस कुछ नहीं हैगा, वस की रहे आ बानी ते डानी दे, देश साडा गुलाम हो चुका है, सिर्फ एक पर्दा ही चुकण वाला। मैं तां की कहणा तुहाडा, कहंदे आ वी मोदी ने बहुत दुख दित्ता वा, साडे बच्चे भुखे ते आए, साडे वड्डियां वडेरियां ने मेहनत मजूरियां कर करके ते पैड़ियां बनाईयां, ते असी बच्चियां नू की खवावांगे, निके निके बच्चे आ, ते असी ओहो ही आने आ वी मोदी नू वी साडे हक जिहड़े आ सानू दे दे, काले कानून रद्द कर दे, है ते ना बादल घट आ ना कैप्टन घट आ, ये जिन्नियां सरकारां आईयां ने सारिया ने काले कानून वास्ते इन्हां ने दस्तखत कीते आ। तुहानूं लगदा कि जिन्नी भी सरकारां लीडर आउंदे आ ये अपनी लोकां नूं बेवकूफ बणाउंदे आ? बेवकूफ बणाउंदे कि बणाउंदे, स्कूल इन्हां बंद कर दित्ते आ, है सब कुछ इन्हां बंद कीता, महंगाई कर दित्ती इन्हां गोड़े गोड़े इन्हां ने, कित्थों खावांगे कित्थों बच्चे पालांगे, अत दी जिहड़ा गरीब बंदा वा उहदे वास्ते चुल्हा धौणा बहुत औखा हो गया, 1000 रुपये नूं सिलेंडर कर दित्ता इन्हें, तेल किन्ना महंगा हो गया वा, की करूगा कोई, ते साडियां जिहड़ियां आमदनां ने जिनसां ने उहनां दा कोई रेट नहीं देण दिया, होर रोण डईयां ने साडियां जिनसां, साडियां रोण डईयां, खादां महंगीआं कर दित्तियां, तेल महंगा कर दित्ता, असीं किधर जावांगे? जिवें इह कानून ने ना कश्मीर च लागू हो चुके आ,
ਉੱਥੇ 10-15 ਰੁਪਈਏ ਕਿਲੋ ਸੇਬ ਲੈ ਕੇ ਬਾਨੀ ਡਾਨੀ ਦੇ ਗੋਦਾਮਾਂ 'ਚ ਚਲੇ ਜਾਂਦੇ ਆ। ਉਹ ਸੇਬ ਹੁਣ ਕਿੰਨੇ ਨੂੰ ਮਿਲਦੇ ਆ? 300 ਨੂੰ ਕਿਲੋ ਸਾਨੂੰ ਮਿਲਦਾ। ਅਸੀਂ ਫਰੂਟ ਜਿਹੜਾ ਨਾ ਸੁਪਨੇ 'ਚ ਹੀ ਖਾਵਾਂਗੇ, ਅਸੀਂ ਅੰਜ ਫਰੂਟ ਨਹੀਂ ਖਾ ਸਕਦੇ। ਸਿਰਫ ਅਸੀਂ ਪੰਜਾਬ ਵਾਲੇ ਆ ਅਤੇ ਇੱਕ ਨਾਲ ਅਸੀਂ ਹਰਿਆਣਾ ਰਲਾਇਆ। ਜਿੱਦਣ ਕਾਨੂੰਨ ਇੱਥੇ ਲਾਗੂ ਹੋ ਗਏ ਨਾ ਅਤੇ ਉੱਦਣ ਕਣਕ ਅਤੇ ਆਟਾ ਵੇਲਣੇ ਪੈਕਟਾਂ 'ਚ ਜਾਣਾ। ਇਹੋ ਸਾਨੂੰ 200 ਰੁਪਈਏ ਕਿਲੋ। ਅੱਜ ਅਸੀਂ ਇਸ ਰੋਸ ਮਾਰਚ ਦੇ ਵਿੱਚ ਇੱਥੇ ਪਹੁੰਚੇ ਹਾਲਗੜ ਦੇ ਸਾਹਮਣੇ, ਕਿਉਂਕਿ ਸਾਨੂੰ ਬਹੁਤ ਜ਼ਿਆਦਾ ਰੋਸ ਹੈ, ਕਿਉਂਕਿ 6 ਮਹੀਨੇ ਦਿੱਲੀ ਦੇ ਬਾਰਡਰਾਂ 'ਤੇ ਸਾਨੂੰ ਬੈਠੇ ਹੋ ਗਏ ਨੇ। ਇਸ BJP ਦੀ ਸਰਕਾਰ ਦੇ ਕੋਈ ਜੂਨ ਨਹੀਂ ਸਰਕੀ ਅੱਜ ਤੱਕ। ਇਹ ਸਾਨੂੰ ਅੱਜ ਕਿਸਾਨਾਂ ਦਾ ਜੋ ਦਿੱਲੀ ਦੇ ਬਾਰਡਰ 'ਤੇ ਬੈਠੇ 6 ਮਹੀਨੇ, ਅੱਜ ਅਟਾਰੀ ਬਲਾਕ ਵੱਲੋਂ ਤੁਹਾਨੂੰ ਲੱਗਦਾ ਕਿ ਲੀਡਰ ਇੱਕ ਆਉਂਦਾ ਮਾਲ ਖਾਂਦਾ ਅਤੇ ਚੱਲ ਜਾਂਦਾ? ਹਾਂਜੀ, ਇਹੋ ਹੀ ਇੱਥੇ ਚੱਲਣ ਡਿਆ ਜੀ। ਇਹ ਕਾਰਪੋਰੇਟ ਘਰਾਂ ਦੇ ਹੱਥ ਦੇਣੀ ਚਾਹੁੰਦਾ ਡੋਰ। ਤੁਸੀਂ ਵੇਖ ਲਓ ਵੀ ਅੱਜ ਦੁਕਾਨਦਾਰ ਜੋ ਵੀ ਆ ਸਾਰਾ ਵਰਗ, ਅੱਜ ਕੋਰੋਨਾ ਦੀ ਆੜ ਦੇ ਵਿੱਚ ਇਹਨਾਂ ਨੇ ਦੁਕਾਨਦਾਰੀਆਂ ਸਾਰੇ ਬੰਦ ਕੀਤੀਆਂ। ਜੋ ਕਿਸਾਨ ਇਹ ਦੇਖੀਏ, ਸਰਕਾਰ ਜਨਤਾ ਜੋ ਜਾਗਰੂਕ ਹੋਣੇ ਲੱਗੀ ਹੈ, ਲੋਕੋ ਕੋ ਪਤਾ ਚੱਲਣ ਲਗਾ ਹੈ ਕਿ ਕਿਸ ਤਰ੍ਹਾਂ ਨੇਤਾ ਲੋਕ ਹਮੇ ਮੂਰਖ ਬਣਾਤੇ ਹੈ, ਵੋਟ ਲੇਤੇ ਹੈ, ਖੁਦ ਤੋਂ ਕਰੋੜੋਂ ਅਰਬੋਂ ਕੇ ਮਾਲਿਕ ਹੋ ਜਾਤੇ ਹੈਂ। ਜਨਤਾ ਕੋ ਕਿਆ ਮਿਲਤਾ? ਜਨਤਾ ਫਿਰ ਸੜਕੋਂ ਪਰ ਹੈ ਔਰ ਆਪਣੀ ਮਾਂਗੋ ਕੇ ਲੀਏ, ਕਿਸੀ ਤਰ੍ਹਾਂ ਅਧਿਕਾਰੋਂ ਕੇ ਲੀਏ ਯੇ ਆਪਣੇ ਗਰਮੀ ਮੇਂ ਯੇ ਲੋਕ ਨਾਰੇਬਾਜ਼ੀ ਕਰ ਰਹੇ ਹੈਂ। ਨੇਤਾਓਂ ਕੋ ਸਮਝਣਾ ਹੋਗਾ, ਲੋਕੋਂ ਕੋ ਵੀ ਜਾਗਣਾ ਹੋਗਾ ਕਿ ਨੇਤਾਓਂ ਸੇ ਪੂਛੇਂ ਕਿ ਆਖਿਰਕਾਰ ਉਹਨੇ ਕਿਆ ਕਿਆ ਹੈ ਆਪ ਲੋਕੋਂ ਕੇ ਲੀਏ, ਆਪਣੇ ਵਾਸਤੇ ਕਿਆ ਕਿਆ ਔਰ ਜਨਤਾ ਕੇ ਲੀਏ ਕਿਆ ਕਿਆ। ਸੜਕੇ ਬਣਾ ਦੇਣਾ, ਨਾਲੀਆਂ ਬਣਾ ਦੇਣਾ, ਯੇ ਕੋਈ ਇਸਕੋ ਵਿਕਾਸ ਨਹੀਂ ਕਹਤੇ ਹੈ, ਯੇ ਲੋਕੋਂ ਕੇ ਸਾਥ ਧੋਖਾ ਹੈ। ਆਪਕੇ ਬੱਚੋਂ ਕੋ ਕਿਆ ਨੌਕਰੀ ਮਿਲੀ? ਬੇਰੋਜ਼ਗਾਰੀ ਦੂਰ ਹੋਈ? ਕਿਆ ਜੋ ਸੁੱਖ ਸੁਵਿਧਾ ਨੇਤਾ ਭੋਗ ਰਹੇ ਹੈ, ਕਿਆ ਆਪਕੋ ਸੁੱਖ ਸੁਵਿਧਾਏ ਮਿਲ ਰਹੀ ਹੈ? ਅਗਰ ਨਹੀਂ ਮਿਲ ਰਹੀ ਤੋ ਆਪ ਇਨਸੇ ਪੂਛੀਏ, ਨਹੀਂ ਤੋ ਆਨੇ ਵਾਲਾ ਸਮੇਂ ਹਮਾਰੇ ਬੱਚੋਂ ਕੇ ਜੋ ਭਵਿਸ਼ਯ ਹੈ ਵੋ ਅੰਧਕਾਰਮੈ ਹੋ ਜਾਏਗਾ। ਅੰਮ੍ਰਿਤਸਰ ਸੇ D4 ਨਿਊਜ਼ ਕੇ ਲੀਏ ਦੀਪਕ ਭੰਡਾਰੀ ਕੀ ਖਾਸ ਰਿਪੋਰਟ।